ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ ਸਤਿ ਸ਼੍ਰੀ ਅਕਾਲ ਜੀ ਮੈਂ ਹੀਨਾ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਚੈਨਲ ਦੇ ਥਰੂ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ ਰਿਗਾਰਡਿੰਗ ਟੂਰਿਸਟ ਵੀਜ਼ਾ ਸੋ ਅੱਜ ਦਾ ਟੌਪਿਕ ਵੀ ਰਹੇਗਾ ਰਿਗਾਰਡਿੰਗ ਆਸਟ੍ਰੇਲੀਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਅਗਰ ਤੁਸੀਂ ਹੋਟਲ ਬੁਕਿੰਗ ਤੇ ਅਪਲਾਈ ਕਰਨਾ ਚਾਹੁੰਦੇ ਹੋ ਅਗਰ ਤੁਹਾਡੇ ਕੋਲ ਸਪான்ਸਰ ਨਹੀਂ ਹੈ ਤਾਂ ਵੀ ਤੁਹਾਨੂੰ ਵੀਜ਼ਾ ਦੇਗੀ ਆਸਟ੍ਰੇਲੀਆ ਦੀ ਅੰਬੈਸੀ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ ਆਸਟ੍ਰੇਲੀਆ ਦਾ ਜੋ ਸਕਸੈਸ ਰੇਟ ਹੈ ਅੱਜ ਦੇ ਟਾਈਮ ਦਾ ਅੱਛਾ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖੀਏ ਤੇ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ ਤਕਰੀਬਨ 6 ਮਹੀਨੇ ਪਹਿਲਾਂ ਦੀ ਤੇ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਨਾਰਮਲ ਸੀ ਮਤਲਬ ਇੰਨਾ ਜ਼ਿਆਦਾ ਅੱਛਾ ਨਹੀਂ ਸੀਗਾ ਵਧੀਆ ਪ੍ਰੋਫਾਈਲਸ ਨੂੰ ਵੀ ਰਿਫਿਊਜ਼ਲ ਮਿਲੀਆਂ ਸੀਗੀਆਂ ਸੋ ਅੱਜ ਦੇ ਟਾਈਮ ਦੇ ਅਗਰ ਤੁਹਾਡੀ ਪ੍ਰੋਫਾਈਲ ਸਟਰੋਂਗ ਹੈ ਤੁਹਾਡੇ ਕੋਲ ਸਾਰੀ ਇਨਕਮ ਪ੍ਰੂਫ ਹੈਗੇ ਨੇ ਕਿਉਂਕਿ ਇਹਦੇ ਵਿੱਚ ਸਾਨੂੰ ਇੱਕ ਮੇਨ ਬੈਨੀਫਿਟ ਮਿਲਦਾ ਕਿ ਅਗਰ ਤੁਹਾਡੀ ਇਨਕਮ ਹੈਗੀ ਹੈ ਮਤਲਬ 4 ਤੋਂ 5 ਲੱਖ ਤੁਸੀਂ ਸਾਲ ਦੀ ਇਨਕਮ ਦੀ ਆਈਟੀਆਰ ਭਰ ਰਹੇ ਹੋ ਤਾਂ ਤੁਹਾਨੂੰ ਵੀਜ਼ਾ ਸਕਸੈਸ ਨੀਜ਼ਲੈਂਡ ਚ ਬਹੁਤ ਹੈਲਪ ਮਿਲੇਗੀ ਔਰ ਇਹਦੇ ਵਿੱਚ ਜ਼ਿਆਦਾਤਰ ਅਕਾਊਂਟ ਦੀ ਸਟੇਟਮੈਂਟ ਅਗਰ ਦੇਖੀ ਜਾਏ ਤੇ ਜ਼ਿਆਦਾ ਪੁਰਾਣੀ ਨਹੀਂ ਚਾਹੀਦੀ ਹਾਂ ਅਕਾਊਂਟ ਦੀ ਸਟੇਟਮੈਂਟ 6 ਮਹੀਨੇ ਦੀ ਜ਼ਰੂਰ ਲਗਾਨੀ ਪੈਂਦੀ ਹੈ ਅੰਬੈਸੀ ਦੇ ਵਿੱਚ ਕਿਉਂਕਿ ਫਾਈਲ ਦੀ ਰਿਕੁਆਇਰਮੈਂਟ ਰਹਿੰਦੀ ਹੈ 6 ਮੰਥ ਦੀ ਸਟੇਟਮੈਂਟ ਲੇਕਿਨ ਅਗਰ ਮੈਂ ਗੱਲ ਕਰਾਂ ਕਿ ਫੰਡ ਪੁਰਾਣੇ ਕਰਨੇ ਆ ਕਿਉਂਕਿ ਅੱਜਕੱਲ ਦੇ ਟਾਈਮ ਵਿੱਚ ਬਹੁਤ ਸਾਰੇ ਲੋਕਾਂ ਕੋਲ ਪੁਰਾਣੇ ਫੰਡਸ ਅਵੇਲੇਬਲ ਨਹੀਂ ਹੈ ਔਰ ਅਗਰ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਪਵਾ ਲਓ ਤੇ ਤੁਸੀਂ ਜੱਕਦਮ 5 ਲੱਖ ਪਵਾ ਲਓਗੇ ਤੇ ਉਹਦਾ ਵੀ ਰਿਕਾਰਡ ਦੇ ਨਾ ਪਾਏਗਾ ਤੁਸੀਂ ਹੌਲੀ-ਹੌਲੀ ਕਰਕੇ ਵੀ ਅਮਾਊਂਟ ਐਡ ਕਰ ਸਕਦੇ ਹੋ ਔਰ ਇਹਦੇ ਵਿੱਚ ਇਦਾਂ ਨਹੀਂ ਹੈ ਕਿ ਇੱਕ ਮਹੀਨੇ 'ਚ ਤੁਸੀਂ ਸਾਰੀ ਟਰਾਂਸਫਰ ਕਰ ਲਓ 2 ਮਹੀਨੇ ਵੀ ਲੈ ਸਕਦੇ ਹੋ ਫਾਈਲ ਦੇ ਚਲਦੇ-ਚਲਦੇ ਵੀ ਤੁਸੀਂ ਇਹ ਸਟੇਟਮੈਂਟ ਨੂੰ ਮੇਨਟੇਨ ਕਰ ਸਕਦੇ ਹੋ ਸੋ ਅਗਰ ਮੈਂ ਗੱਲ ਕਰਾਂ ਹੋਟਲ ਬੁਕਿੰਗ ਦੀ ਹੋਟਲ ਜਿਨ੍ਹਾਂ ਦੇ ਕੋਲ ਸਪான்ਸਰ ਅਵੇਲੇਬਲ ਨਹੀਂ ਹੈ ਬਟ ਉਹਨਾਂ ਦੇ ਇਨਕਮ ਪ੍ਰੂਫ ਬਹੁਤ ਜ਼ਿਆਦਾ ਸਟਰੋਂਗ ਨਹੀਂ ਉਹਨੂੰ ਹੋਟਲ ਬੁਕਿੰਗ ਦੇ ਉੱਤੇ ਵੀ ਵੀਜ਼ਾ ਮਿਲ ਜਾਏਗਾ ਈਜ਼ੀਲੀ ਵੀਜ਼ਾ ਦਾ ਸਕਸੈਸ ਰੇਟ ਦੀ ਅਗਰ ਮੈਂ ਗੱਲ ਕਰਾਂ ਹੋਟਲ ਬੁਕਿੰਗ ਤੇ ਹਾਂ ਕਿਤੇ ਨਾ ਕਿਤੇ 60 70% ਰਹਿੰਦਾ ਹੈ ਜ਼ਿਆਦਾ ਨਹੀਂ ਰਹਿੰਦਾ ਸਮ ਟਾਈਮ 50 50 ਵੀ ਰਹਿੰਦਾ ਹੈ ਲੇਕਿਨ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਇਨਕਮ ਪ੍ਰੂਫ ਤੁਹਾਡੇ ਪ੍ਰਾਪਰਟੀ ਦੇ ਪੇਪਰ ਤੁਹਾਡੇ ਸਾਰੇ ਆਈਡੀ ਪ੍ਰੂਫਸ ਵਿਦ ਇਨਕਲੂਡਿੰਗ ਐਫੀਡੇਵਿਟਸ ਸਪੋਰਟ ਆਫ ਐਫੀਡੇਵਿਟਸ ਸਭ ਕੁਝ ਐਡ ਹੈ ਤੁਸੀਂ ਆਪਣਾ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ ਹੋਟਲ ਬੁਕਿੰਗ ਤੇ ਵੀ ਜਿਨ੍ਹਾਂ ਦੇ ਵਿੱਚ ਮੈਂ ਯੰਗ ਜੋ ਕਲਾਇੰਟਸ ਨੇ ਮੇਰੇ ਉਹਨਾਂ ਦੀ ਵੀ ਮੈਂ ਗੱਲ ਕਰ ਰਹੀ ਹਾਂ ਜਿਨ੍ਹਾਂ ਕੋਲ ਅਗਰ ਜਿੱਦਾਂ ਕੋਈ ਯੰਗ ਸਟੂਡੈਂਟ ਵੀ ਉਹਨੇ ਅਪਲਾਈ ਕਰਨਾ ਉਹਦਾ ਕੋਈ ਰੈਲੇਟ ਟੀਵੀਓ ਨੇ ਹੋਟਲ ਬੁਕਿੰਗ ਤੇ ਅਪਲਾਈ ਕਰਨਾ ਘੁੰਮਣ ਜਾਣਾ ਸਪੋਰਟ ਆਫ ਐਫੀਡੇਵਿਟ ਪੈਰੈਂਟਸ ਦਾ ਲਗਾ ਕੇ ਵੀ ਉਹ ਵੀਜ਼ਾ ਲੈ ਸਕਦੇ ਨੇ ਹੋਟਲ ਬੁਕਿੰਗ ਤੇ ਸੋ ਬਾਕੀ ਇਸ ਵੀਜ਼ੇ ਕੈਟਾਗਰੀ ਦੇ ਨਾਲ ਅਗਰ ਤੁਹਾਨੂੰ ਕੋਈ ਵੀ ਰਿਕੁਆਇਰਮੈਂਟ ਹੈ ਕੋਈ ਵੀ ਕੁਐਸਚਨ ਹੈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ 769657695 ਤੇ ਐਂਡ ਇਸ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਹਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਗਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ